ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਕੁਛ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਗੱਲਾਂ ਇਹ ਆ ਜੇ ਮੈਂ SGPC ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ 'ਤੇ ਸਵਾਲ ਕਰਦਾ ਤਾਂ ਮੈਨੂੰ ਇਹ ਕਹਿ ਦਿੱਤਾ ਜਾਂਦਾ ਤੂੰ ਏਜੰਸੀਆਂ ਦਾ ਬੰਦਾ ਅਤੇ ਤੇਰੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇ ਮੈਂ ਸਰਕਾਰਾਂ ਨੂੰ ਸਵਾਲ ਕਰਦਾ ਤਾਂ ਮੈਨੂੰ ਇਹ ਕਹਿ ਦਿੱਤਾ ਜਾਂਦਾ ਇਹ ਦੇਸ਼ ਧਰੋਹੀ ਆ ਇਹ ਸੈਪਰੇਟਸ ਨੂੰ ਬਿਲੋਂਗ ਕਰਦਾ ਅਤੇ ਜੇ ਮੈਂ ਅੱਜ ਕਿਸਾਨ ਜਥੇਬੰਦੀਆਂ ਨੂੰ ਇਹ ਸਵਾਲ ਕਰਦਾ ਵੀ ਤੁਸੀਂ ਪਹਿਲਾਂ ਤਾਂ ਲੜਾਈ ਤੈਅ ਕਰੋ ਲੜਾਈ ਤੁਹਾਡੀ ਕੁਛ ਰਿਆਇਤਾਂ ਨੂੰ ਲੈ ਕੇ ਆ ਕਿ ਲੜਾਈ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਸੁਧਾਰਾਂ ਦੀ ਆ ਉਹਨਾਂ ਦੀ ਜ਼ਿੰਦਗੀਆਂ ਦੇ ਸੁਧਾਰਾਂ ਦੀ ਆ ਤਾਂ ਉਹ ਉਹਨਾਂ ਨੂੰ ਹੋਰ ਸਵਾਲ ਕਰਦਾ ਵੀ ਜੇ ਕੋਈ ਫੈਸਲੇ ਲੈਣੇ ਆ ਇਹ ਸੰਘਰਸ਼ ਦੇ ਫੈਸਲੇ ਲੈਣੇ ਆ ਇਹਨਾਂ ਨੂੰ ਬੰਦ ਕਮਰਿਆਂ 'ਚ ਨਾ ਲਿਆ ਜਾਵੇ ਇਹਨਾਂ ਨੂੰ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਕੇ ਨਾ ਲਿਆ ਜਾਵੇ ਇਹ ਕੋਈ ਓਪਨ ਫੋਰਮ 'ਚ ਲਿਆ ਜਾਵੇ ਜਾਂ ਕੋਈ ਇਹੋ ਜਿਹਾ ਸਿਸਟਮ ਪੈਦਾ ਕਰੀਏ ਜਿੱਥੇ ਚੈੱਕਸ ਐਂਡ ਬੈਲੈਂਸਿਸ ਹੋਣ ਤਾਂ ਮੇਰੇ 'ਤੇ ਇਹ ਕਹਿ ਦਿੱਤਾ ਜਾਂਦਾ ਮੈਨੂੰ ਵੀ ਤੂੰ RSS ਦਾ ਬੰਦਾ ਫਿਰ ਸਾਡੇ ਗਵਈਏ ਵੀਰ ਮੇਰਾ ਟੋਟਲ ਬਾਇਕਆਟ ਕਰ ਦਿੰਦੇ ਆ ਇਹ ਕਹਿ ਕੇ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਅਤੇ ਤੁਸੀਂ ਤਾਂ ਕੋਈ ਨਵੀਂ ਰਾਜਨੀਤੀ ਜਾਂ ਰਾਜਨੀਤਿਕ ਧਿਰ ਕੋਈ ਪਾਰਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਗੱਲ ਇਹ ਆ ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਵੀ ਸਾਡੀ ਲੜਾਈ ਕੀ ਆ ਜਾਂ ਜਦੋਂ ਤੱਕ ਅਸੀਂ ਪੁਰਾਣੇ ਰੀਤੀ ਰਿਵਾਜ਼ ਆ ਉਹਨਾਂ ਦਾ ਖੰਡਨ ਨਹੀਂ ਕਰਾਂਗੇ ਸਾਡੇ ਹੱਥ ਪੱਲੇ ਹੁਣ ਵੀ ਕੁਛ ਨਹੀਂ ਲੱਗਣਾ ਸਾਡੇ ਹੱਥ ਪੱਲੇ ਪਹਿਲਾਂ ਵੀ ਕੁਛ ਨਹੀਂ ਲੱਗਿਆ ਸੋ ਗੱਲ ਇਹ ਆ ਵੀ ਜੇ ਸਾਨੂੰ MSP ਮਿਲ ਗਈ ਮੇਰਾ ਸਵਾਲ ਆ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ ਕਿਸਾਨ ਜਿਹੜੇ ਕਰਜ਼ਿਆਂ ਥੱਲੇ ਆ ਕਿਸਾਨ ਜਿਨ੍ਹਾਂ ਦੀਆਂ ਲਿਮਟਾਂ ਨਹੀਂ ਮੋੜੀਆਂ ਜਾਂਦੀਆਂ ਉਹ ਸਭ ਕੁਛ ਠੀਕ ਹੋ ਜੂ MSP ਮਿਲਣ ਨਾਲ ਜਿਹੜੇ ਇੱਕ ਸਟੈਟਿਸਟਿਕਸ ਆ ਨਾ ਸਟੈਟਿਸਟਿਕਸ ਦੀ ਗੱਲ ਸਮਝੀਏ 6% ਪੂਰੇ ਦੇਸ਼ ਦੇ ਕਿਸਾਨ ਇਹੋ ਜਿਹੇ ਆ ਜਿਹੜੇ MSP ਯੂਜ਼ ਕਰਦੇ ਆ ਮਤਲਬ 94% ਕਿਸਾਨ MSP ਯੂਜ਼ ਹੀ ਨਹੀਂ ਕਰਦੇ ਉਹਨਾਂ ਦੀ ਲੁੱਟ ਕਸੁੱਟ ਤਾਂ MSP ਤੋਂ ਬਿਨਾਂ ਵੀ ਜਾਰੀ ਆ ਫਿਰ ਅਗਲੀ ਗੱਲ ਆ ਜਿਹੜੀ ਕਿ ਸਾਡੇ ਨਾਲ ਮਜ਼ਦੂਰ ਜਾਂ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਉਹ ਨਾਲ ਆ ਕੀ ਸਾਡੇ ਨਾਲ ਆੜ੍ਹਤੀ ਆ ਸਾਰੀ ਆੜ੍ਹਤੀਆਂ ਯੂਨੀਅਨ ਸਾਡੇ ਨਾਲ ਆ ਜੇ ਅਸੀਂ ਕਹੀਏ ਇਹ ਸਾਡੀ ਸਾਰਿਆਂ ਦੀ ਲੜਾਈ ਆ ਹਜੇ ਤੁਸੀਂ ਲਾਮਬੰਦੀ ਤਾਂ ਕਰਦੇ ਨਹੀਂ ਅਸੀਂ ਬਹਿ ਜਾਂਦੇ ਹਾਂ ਰੇਲਾਂ ਰੋਕਣ ਇਹ ਤਾਂ ਪੁਰਾਣੇ ਢੰਗ ਆ ਜੀ ਰੇਲਾਂ ਰੋਕਣ ਦੇ ਜਾਂ ਅਸੀਂ ਮਾਲਸ 'ਚ ਚਲੇ ਗਏ ਅਸੀਂ ਇਹੋ ਜਿਹੀ ਇੱਕ ਸਿਚੁਏਸ਼ਨ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਜਿੱਥੇ ਸੈਂਟਰ ਨੇ ਸਾਡੇ 'ਤੇ ਐਮਰਜੈਂਸੀ ਇਨਵੋਕ ਕਰ ਦੇਣੀ ਆ ਤੁਸੀਂ ਇਹ ਦੇਖ ਲਓ ਬਹੁਤ ਥਾਵਾਂ ਤੋਂ ਮੈਨੂੰ ਇਹ ਖਬਰ ਆਈ ਆ ਵੀ ਜੀ ਆਰਮੀ ਜਾਂ ਪੈਰਾਮਿਲਟਰੀ ਫੋਰਸਿਸ ਦੀਆਂ ਗੱਡੀਆਂ ਪੰਜਾਬ 'ਚ ਐਂਟਰ ਹੋ ਰਹੀਆਂ ਹੁਣ ਜੇ ਕੱਲ੍ਹ ਨੂੰ ਸਾਡੇ 'ਤੇ ਸੈਂਟਰ ਨੇ ਇਹ ਕਹਿਤਾ ਵੀ ਸਟੇਟ ਗਵਰਨਮੈਂਟ ਇੱਥੇ ਪ੍ਰੋਟੈਸਟਰਸ ਨੂੰ ਕੰਟਰੋਲ ਕਰਨ 'ਚ ਨਾਕਾਮਯਾਬ ਆ ਸਿਚੁਏਸ਼ਨ ਬਹੁਤ ਜ਼ਿਆਦਾ ਅਨਕੂਲ ਆ ਐਮਰਜੈਂਸੀ ਇਨਵੋਕ ਕਰਦੇ ਉਦੋਂ ਬਾਅਦ ਸਾਡਾ ਪਲਾਨ ਬੀ ਕੀ ਹੋਊਗਾ ਸਾਡੇ ਕੋਲ ਕੋਈ ਪਲਾਨ ਬੀ ਨਹੀਂ ਆ ਕਿਸੇ ਕਿਸਾਨ ਜਥੇਬੰਦੀ ਕੋਲ ਕੋਈ ਪਲਾਨ ਬੀ ਹੈ ਨਹੀਂ ਉਹ ਸਿਰਫ ਲੱਗੇ ਹੋਏ ਆ ਟੋਲ ਰੋਕ ਲਓ ਫਲਾਨੀ ਥਾਂ 'ਤੇ ਮੌਲ ਬੰਦ ਕਰ ਦਿਓ ਜਾਂ ਅਸੀਂ ਰੇਲਾਂ ਰੋਕ ਲਓ ਰੇਲਾਂ ਤਾਂ ਪਿੱਛੇ ਹੀ ਰੋਕੀ ਖੜ੍ਹੇ ਆ ਉਹ ਸੋ ਕੋਈ ਪਲਾਨ ਬੀ ਰੱਖ ਕੇ ਨਹੀਂ ਚੱਲਦੇ ਮੈਂ ਕਿੱਦਾਂ ਦਾ ਕਹੀ ਜਾਂਦਾ ਵੀ ਸਾਨੂੰ ਗੱਲ ਸਮਝ ਨਹੀਂ ਪੈਣੀ ਆ ਇਹ ਆਰਡੀਨੈਂਸ ਆਉਣੇ ਕਾਲੇ ਕਾਨੂੰਨ ਆਉਣੇ ਇਹ ਤਾਂ ਬਿਮਾਰੀ ਦੇ ਲੱਛਣ ਆ ਰੋਗ ਕੀ ਆ ਅਤੇ ਉਹਦੀ ਦਵਾਈ ਕੀ ਹੋਣੀ ਚਾਹੀਦੀ ਆ ਗੱਲ ਇੱਥੇ ਪਈ ਆ ਰੋਗ ਕੀ ਆ ਰੋਗ ਇਹ ਆ ਵੀ ਕਿਸਾਨ ਦੀ ਦਸ਼ਾ ਆਰਡੀਨੈਂਸ ਤੋਂ ਆਉਣ ਤੋਂ ਪਹਿਲਾਂ ਵੀ ਬੁਰੀ ਸੀ ਉਦੋਂ ਪਹਿਲਾਂ ਵੀ ਖੁਦਕੁਸ਼ੀਆਂ ਹੁੰਦੀਆਂ ਸੀ ਉਦੋਂ ਪਹਿਲਾਂ ਵੀ ਕਿਸਾਨ ਜਾਂ ਮਜ਼ਦੂਰ ਕਰਜ਼ੇ 'ਚ ਸੀ ਉਹਨਾਂ ਦੇ ਸ਼ੋਸ਼ਣ ਹੁੰਦੇ ਸੀ ਔਰ ਅਸੀਂ ਇਹ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਡੀਨੈਂਸ ਦੇ ਵਿੱਚ MSP ਤੱਕ ਆਪਦੀ ਲੜਾਈ ਲਿਮਿਟਡ ਰੱਖਣੀ ਆ ਇਹ ਕਿਉਂ ਰੱਖਣੀ ਆ ਇਹਦਾ ਮੈਨੂੰ ਨਹੀਂ ਪਤਾ ਇਹਨਾਂ ਦੇ ਕੋਈ ਰਾਜਸੀ ਸਰੋਕਾਰ ਵੀ ਹੋ ਸਕਦੇ ਆ ਇਹਨਾਂ ਦੇ ਕੋਈ ਆਪਸ ਕੋਈ ਪੋਲੀਟੀਕਲ ਐਸੋਸੀਏਸ਼ਨ ਜਾਂ ਮੰਨ ਲਓ ਅਹੁਦਿਆਂ ਦੇ ਸਰੋਕਾਰ ਵੀ ਹੋ ਸਕਦੇ ਆ ਸਾਰੇ ਨਹੀਂ ਸਾਰੀਆਂ ਜਥੇਬੰਦੀਆਂ ਦੇ ਸਾਰੇ ਲੀਡਰ ਇੱਕੋ ਜਿਹੇ ਨਹੀਂ ਆ ਇਹ ਵੀ ਮੈਂ ਗੱਲ ਮੰਨਦਾ ਪਰ ਜਦੋਂ ਤੱਕ ਅਸੀਂ ਪੂਰਨ ਤੌਰ 'ਤੇ ਇਹ ਗੱਲ ਨੂੰ ਸਮਝ ਕੇ ਖੰਡਨ ਨਹੀਂ ਕਰਾਂਗੇ ਪੁਰਾਣੇ ਰੀਤੀ ਰਿਵਾਜ਼ਾਂ ਦਾ ਖੰਡਨ ਨਹੀਂ ਕਰਾਂਗੇ ਉਹਨਾਂ ਨੂੰ ਚੈਲੇਂਜ ਨਹੀਂ ਕਰਾਂਗੇ ਅਤੇ ਕੋਈ ਇਹੋ ਜਿਹਾ ਢਾਂਚਾ ਨਹੀਂ ਸਿਰਜਾਂਗੇ ਜਿੱਥੇ ਸਹੀ ਅਸਲ ਤੌਰ 'ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੋਈ ਭਲਾ ਨਾ ਹੋ ਸਕੇ ਉਦੋਂ ਤੱਕ ਜੇ ਅਸੀਂ ਕਹੀਏ MSP ਲੈ ਕੇ ਬਹਿ ਜਾਂਗੇ ਇਹ ਕੋਈ ਪ੍ਰਾਪਤੀ ਨਹੀਂ ਆ ਫਿਰ ਲੋਕ ਤੁਹਾਡੇ 'ਚ
किसान जथेबंदियां नू मेरी बेनती आ हाथ जोड़ के भी थोड़े च एडा बड़ा आपदा असी मैं भी कहना मैं थोड़े नाल एडा बड़ा आपदा भरोसा थोड़े च देता एडी बड़ी आस आ उन्हां नू थोड़े तो बिकॉज तुसी एक्ती लाओगे तुसी पंजाब लई इस धरती लई साडे लोकां लई कुछ लैके डिगोगे पर तुसी बैठे हो एम एस पी ते तुसी बैठे हो भी सरकारां नाल मीटिंग कर लिए जिद्दे असी बंद कमरियां च सरकारां नाल मीटिंगां करनियां शुरू कर दिंदे आ ना 50% का संघर्ष उत्थे ही असी वेच दिंदे आ उत्थे 50% संघर्ष तां खत्म हो जांदा हुण गल इह आ या तां आपदे जमीरां दी असी आपदे आत्मा दी आवाज़ सुन के असल गल नूं समझ के लड़ाई लड़िए ते जिहड़ी जिहड़ी रूह जिहड़ा जिहड़ा बंदा आपदे जमीर दी आपदे अंदर दी आवाज़ सुन के इस लड़ाई च लड़ूगा मैं उहदे नाल आ मैं तां जी तुर पिया हुण तुसी कर लो जिहड़ा मेरा विरोध करना भंड लो जिन्ना भंडना कह दो जिहदा मर्जी बंदा मैं अज तों बाद मैं सफाई भी नहीं देनी कोई सफाई नहीं देनी इस करके नहीं देनी क्योंकि मेरा टीचा कुछ होर आ मेरी लड़ाई साडी धरती खातर साडे लोकां खातर आ तुसी तां मैनूं उलझाई रखोगे मैं तां तीजे कि दिन मेरे ते कोई नवां सवाल खड़ा कर दिंदे हो एक गल समझण दी जरूरत आ भी जदों लड़ाई सरकारां दे खिलाफ लड़ी जांदी आ ना एहो जी राजसी धिरां दे खिलाफ स्टेट दे खिलाफ लड़ी जांदी आ उदों वख-वख जगह ते वख-वख मोर्चे विटने पैंदे हुंदे आ पर साडा टीचा इक्को ही हुंदा साडा टीचा इही हुंदा भी सरकारां नूं बैकफुट ते लैके आईए सरकारां दी मजबूरी कोई राजसी मजबूरी खड़ी कर दीए और ये उत्थे जे असीं इक दूजे नूं निंदण लग जाइए तां लोकां च वहम ते भरम ही पैदा हुंदा होर इहदा कोई इहदे चों कोई हल नहीं निकलदा इस करके हल वल नूं तुरो हल वल नूं असीं तां ही तुरांगे जे असीं रोग नूं समझ सके ते उहदी दवाई नूं लभण दी कोशिश करिए असीं तां लक्षणां ते आके लक्षणां दी ओह गल करी जांदे आ सो इह जिहड़े काले कानून आ इह तां लक्षण आ अगली गल मैं जे करदा जे कल नूं एमरजेंसी इनवोक होगी मैं किद्दां दा इह गल कही आ ना लामबंद करो इहनूं नैशनल मूवमेंट बनाओ असीं हरियाणे वाले सारे बंदिआं नाल हुण मैं टच चा इस तरह मैं होर भी कोशिश कर रहा जिहड़े सूबे आ उत्थों दीआं किसान जथेबंदियां नाल असीं आपदा कोई राबता बनाईए कलामबंदी करिए मन लो पंजाब च एमरजेंसी इनवोक हो जांदी आ पर सारे स्टेटां च तां नहीं कर सकदे ना दिल्ली घेरी बाकी सूबिआं नूं नाल रला के जाऊगी दिल्ली राष्ट्री इक लहर पैदा करके इंटरनेशनल लैवल दी लहर पैदा करके घेरी जाऊगी जे तुसीं कहो पंजाब कल्ला दिल्ली घेर लूगा तां इह पॉसिबल नहीं आ ਇਹ ਹੋ ਹੀ ਨਹੀਂ ਸਕਦਾ ਜਦੋਂ ਤੱਕ ਸਾਨੂੰ ਆਪਦੀ ਲਾਮਬੰਦੀ ਉਸ ਲੈਵਲ ਤੱਕ ਨਹੀਂ ਕਰਨੀ ਆਊਗੀ ਸਾਡੇ ਕੋਲ ਉਹ ਵਿਜ਼ਨ ਨਹੀਂ ਆ ਅਸੀਂ ਜੇ ਕਹੀਏ ਲੜਾਈ ਜਿੱਤ ਲਾਂਗੇ ਤਾਂ ਲੜਾਈ ਨਹੀਂ ਜਿੱਤੀ ਜਾਣੀ ਤਾਂ ਪੁਰਾਣੇ ਰੀਤੀ ਰਿਵਾਜ ਜਿਹੜੇ ਹੁਣ ਵੀ ਅਪਣਾਏ ਜਾ ਰਹੇ ਆ ਉਹਨਾਂ ਨਾਲ ਲੜਾਈ ਨਹੀਂ ਜਿੱਤੀ ਜਾਣੀ ਮੇਰੇ 'ਤੇ ਸਵਾਲ ਨਾ ਖੜੇ ਕਰੋ ਜੇ ਅੱਜ ਗਵਈਏ ਕਹਿ ਰਹੇ ਆ ਸਾਰੇ ਵੀ ਦੀਪ ਸਿੱਧੂ ਨਵਾਂ ਕੋਈ ਫਰੰਟ ਖੜਾ ਕਰ ਰਿਹਾ ਮੈਂ ਕਿਹਾ ਉਹ ਹਰ ਬੰਦਾ ਉਹਨੂੰ ਹੱਕ ਆ ਜਿਹੜਾ ਪੰਜਾਬ ਲਈ ਲੜ ਰਿਹਾ ਨਵਾਂ ਕੋਈ ਫਰੰਟ ਖੜਾ ਕਰਨ ਵਾਸਤੇ ਇਹਦਾ ਜਵਾਬ ਮੈਨੂੰ ਦਿਓ ਅੱਜ ਜਿਹੜੇ ਜਿਹੜੇ ਸਾਡੇ ਇੱਥੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਅਸੀਂ ਸੈਟਿਸਫਾਈਡ ਹਾਂ ਉਹਨਾਂ ਨੇ ਸਾਡਾ ਭਲਾ ਕੀਤਾ ਕਿਸੇ ਨੇ ਸੋ ਜੇ ਨਹੀਂ ਕੀਤਾ ਤਾਂ ਬਾਈ ਜੀ ਤਖਤਾ ਪਲਟ ਕਰੋ ਲੋਕਾਂ ਦਾ ਭਲਾ ਕਰੋ ਲੋਕਾਂ ਲਈ ਲੜੋ ਇੱਕ ਦੂਜੇ ਨੂੰ ਨਿੰਦੋ ਨਾ ਇੱਕ ਦੂਜੇ ਲਈ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਸੋ ਸਾਡੀ ਲੜਾਈ ਇਕੱਠਿਆਂ ਦੀ ਆ ਜੇ ਤੁਸੀਂ ਇਕੱਠੇ ਇੱਕ ਮੋਰਚੇ ਤੋਂ ਨਹੀਂ ਲੜ ਸਕਦੇ ਤਾਂ ਕਿਸੇ ਹੋਰ ਮੋਰਚੇ ਤੋਂ ਲੜ ਲਓ ਜਿੱਥੇ ਤੁਹਾਡੀ ਵਿਚਾਰਧਾਰਾ ਮਿਲਦੀ ਆ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਈਏ ਮੈਨੂੰ ਐਂ ਲੱਗਦਾ ਲੜਾਈ ਦੀ ਵਿਉਂਤਬੰਦੀ ਸਟ੍ਰੈਟਜੀ ਅਤੇ ਸਾਡਾ ਵਿਜ਼ਨ ਸਾਡੀ ਸੇਧ ਕੀ ਹੋਣੀ ਚਾਹੀਦੀ ਆ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਣਾ ਚਾਹੀਦਾ ਔਰ ਇਕੱਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 31 ਜਥੇਬੰਦੀਆਂ ਨੂੰ ਨਹੀਂ ਬਹਿਣਾ ਚਾਹੀਦਾ ਮਜ਼ਦੂਰਾਂ ਨੂੰ ਵੀ ਨਾਲ ਲਓ ਉਹਨਾਂ ਦੀਆਂ ਜਥੇਬੰਦੀਆਂ ਨੂੰ ਨਾਲ ਲਓ ਆੜ੍ਹਤੀਆਂ ਨੂੰ ਨਾਲ ਲਓ ਤੁਹਾਡੀ ਲੜਾਈ ਨੂੰ ਵੱਡੀ ਕਰੋ ਲਾਮਬੰਦੀ ਵੱਡੀ ਕਰੋ ਬਾਕੀ ਸੂਬਿਆਂ ਨੂੰ ਬਾਕੀ ਸਟੇਟਸ ਨੂੰ ਨਾਲ ਲਓ ਮੇਰੀ ਇਹੀ ਅਰਦਾਸ ਅਤੇ ਬੇਨਤੀ ਆ ਅਤੇ ਕੱਲ੍ਹ ਨੂੰ ਆਪਾਂ 11 ਵਜੇ ਸ਼ੰਭੂ ਬਾਰਡਰ 'ਤੇ ਧਰਨਾ ਲਾ ਰਹੇ ਹਾਂ ਜਿਹਦੀ ਜਿਹਦੀ ਜ਼ਮੀਰ ਜਿਉਂਦੀ ਆ ਜਿਹੜਾ ਜਿਹੜਾ ਮੇਰੀ ਗੱਲ ਨਾਲ ਕੋਈ ਰਿਲੇਸ਼ਨ ਜਾਂ ਰਿਲੇਟ ਕਰ ਸਕਦਾ ਉਹ ਬੰਦਾ ਉੱਥੇ ਆ ਜਾਏ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਰਿਹਾ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਰਿਹਾ
ਵੀ ਹਰ ਪਾਸੇ ਜਿੱਥੇ ਜਿੱਥੇ ਕੋਈ ਸੰਘਰਸ਼ ਕਰ ਰਿਹਾ ਉਹਦਾ ਸਾਥ ਦਿਓ। ਮੈਂ ਕਿਸਾਨ ਜਥੇਬੰਦੀਆਂ ਦੇ ਵੀ ਨਾਲ ਹਾਂ ਪਰ ਮੈਂ ਪੁਰਾਣੇ ਢਾਂਚੇ ਦੇ ਨਾਲ ਨਹੀਂ ਹਾਂ, ਮੈਂ ਬੰਦ ਕਮਰਿਆਂ 'ਚ ਮੀਟਿੰਗਾਂ ਦੇ ਨਾਲ ਨਹੀਂ ਹਾਂ, ਮੈਂ ਸਿਰਫ ਕੁਛ ਰਿਆਇਤਾਂ ਅੰਸ਼ਕ ਤੌਰ 'ਤੇ ਪ੍ਰਾਪਤੀਆਂ ਦੇ ਨਾਲ ਨਹੀਂ ਹਾਂ, ਮੈਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦਾ। ਮੈਂ ਅਸਲ ਤੌਰ 'ਤੇ ਜੇ ਕੋਈ ਸਾਡੇ ਇੱਥੇ ਸਿਸਟਮ ਅਸੀਂ ਕਿਸਾਨਾਂ ਨੂੰ ਦੇ ਸਕੀਏ, ਮਜ਼ਦੂਰਾਂ ਨੂੰ ਦੇ ਸਕੀਏ, ਜਿੱਥੇ ਉਹਨਾਂ ਦਾ ਭਲਾ ਹੋਵੇ, ਸਾਡੇ ਲੋਕਾਂ ਨੂੰ ਉਹ ਸਿਸਟਮ ਦੇ ਸਕੀਏ, ਉਸ ਚੀਜ਼ ਦੇ ਨਾਲ ਹਾਂ, ਉਹਦਾ ਮੈਂ ਹਮਾਇਤ ਕਰਦਾ ਉਸ ਚੀਜ਼ ਦੀ। ਅਤੇ ਪੁਰਾਣੀਆਂ ਗੱਲਾਂ ਦਾ, ਪੁਰਾਣੀ ਪੋਲੀਟਿਕਸ ਦਾ ਮੈਂ ਪੂਰਨ ਤੌਰ 'ਤੇ ਖੰਡਨ ਕਰਦਾ। ਅਤੇ ਜਦੋਂ ਖੰਡਨ ਕਰਦੇ ਹਾਂ ਉਦੋਂ ਇੱਕ ਬਹੁਤ ਵੱਡੇ ਸਿਸਟਮ ਨਾਲ ਸਾਨੂੰ ਲੜਨਾ ਪੈਂਦਾ, ਮੈਂ ਉਸ ਲੜਾਈ ਲਈ ਵੀ ਤਿਆਰ ਹਾਂ। ਮੇਰੇ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ, ਸਤਿ ਸ਼੍ਰੀ ਅਕਾਲ ਜੀ।